ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਆਪਾਂ ਤੁਹਾਡੇ ਲਈ ਟੈਸਟ ਨੰਬਰ 30 ਦਾ ਦੂਸਰਾ ਹਿੱਸਾ ਲੈ ਕੇ ਆਏ ਆਂ ਤੇ ਕਰਦੇ ਆ ਜੀ ਅੱਜ ਦਾ ਟੈਸਟ ਸਟਾਰਟ ਬਿਨਾ ਕਿਸੇ ਦੇਰੀ ਤੋਂ ਤੇ ਲਾਸਟ ਆਪਾਂ ਟੈਸਟ ਕੀਤਾ ਸੀ ਖਤਮ 15 ਨੰਬਰ ਕੁਐਸਚਨ ਆਰ ਅਲਕੋਹਲ ਐਂਡ ਰੀਕ੍ਰੀਏਸ਼ਨਲ ਡਰੱਗਸ ਡੇਂਜਰਸ ਫਾਰ ਡਰਾਈਵਿੰਗ ਦੇ ਉੱਪਰ ਜੀ ਤੇ ਅੱਜ ਦੀ ਵੀਡੀਓ ਆਪਾਂ ਸਟਾਰਟ ਕਰਦੇ ਆਂ 16 ਨੰਬਰ ਕੁਐਸਚਨ ਤੋਂ ਇਨ ਆ ਨੈਰੋ ਅਨਮਾਰਕਡ ਰੋਡ ਕਿ ਇੱਕ ਤੰਗ ਅਨਮਾਰਕ ਰੋਡ ਮਤਲਬ ਕਿ ਕੋਈ ਮਾਰਕਿੰਗ ਨਹੀਂ ਕੀਤੀ ਹੋਈ ਰੋਡ ਦੇ ਉੱਪਰ ਇਨ ਵਿੱਚ ਟੂ ਕਾਰਸ ਕੈਨ ਨਾਟ ਪਾਸ ਐਟ ਦਾ ਸੇਮ ਟਾਈਮ ਔਰ ਜਿੱਥੇ ਕਿ ਦੋ ਕਾਰਾਂ ਇੱਕੋ ਸੇਮ ਟਾਈਮ ਦੇ ਉੱਪਰ ਪਾਸ ਨਹੀਂ ਕਰ ਸਕਦੀਆਂ ਵਿਚ ਵਨ ਹੈਜ਼ ਰਾਈਟ ਆਫ ਵੇ ਤਾਂ ਕਿਹਦੀ ਪਹਿਲ ਹੈਗੀ ਹੈ ਰਾਈਟ ਆਫ ਵੇ ਮਤਲਬ ਕਿਹਦੀ ਪਹਿਲ ਹੈਗੀ ਹੈ ਫਿਰ ਠੀਕ ਹੈ ਜੀ ਆਪਸ਼ਨ A ਹੈਗਾ ਦਾ ਫਰਸਟ ਵਨ ਟੂ ਐਂਟਰ ਦਾ ਨੈਰੋਇੰਗ bge the one that needs to reverse more meters to get out of the narrowing the cie is the one with more difficulty for performing the maneuver te da answer hai ji sade kol option a ji ke first one to enter ke jehdi sab to pehla enter kiti hai narrowing matlab jehda tang hissa hai ga va road da utthe ta o di pehal hoegi theek hai ji next question hai ji sade kol 17 number ਵਾਟ ਡਸ ਆ ਪੈਡਸਟ੍ਰੀਅਨ ਹੈਵ ਟੂ ਵੀਅਰ ਵੈਨ ਵਾਕਿੰਗ ਅਲੋਂਗ ਅ ਰੋਡ ਕਿ ਇੱਕ ਪੈਡਸਟ੍ਰੀਅਨ ਨੂੰ ਕੀ ਪਾਉਣਾ ਚਾਹੀਦਾ ਜਦੋਂ ਉਹ ਰੋਡ ਦੇ ਨਾਲ ਨਾਲ ਚੱਲਦਾ ਹੈਗਾ ਠੀਕ ਹੈ ਜੀ ਆਪਸ਼ਨ ਹੈ ਕਿ ਅ ਵਾਈਟ ਲਾਈਟ ਇਨ ਫਰੰਟ ਅ ਰੈਡ ਲਾਈਟ ਐਟ ਦਾ ਬੈਕ ਬੀ ਹੈਗਾ ਲਾਈਟ ਕਲਰਡ ਕਲੋਥਿੰਗ ਥੈਟ ਵਿਲ ਬੀ ਵਿਜ਼ੀਬਲ ਫਰਮ ਅ ਮਿਨਿਮਮ ਡਿਸਟੈਂਸ ਆਫ 150 ਮੀਟਰ ਤੇ ਸੀ ਹੈ ਜੀ ਐਨ ਅਪਰੂਵਡ ਰਿਫਲੈਕਟਿਵ ਐਲੀਮੈਂਟ ਥੈਟ ਇਜ਼ ਵਿਜ਼ੀਬਲ ਫਰਮ ਅ ਮਿਨਿਮਮ ਡਿਸਟੈਂਸ ਆਫ 150 ਮੀਟਰਸ ਤੇਦਾ ਆਨਸਰ ਹੈ ਜੀ ਸਾਡੇ ਕੋਲ অপਸ਼ਨ ਸੀ ਜੀ ਕਿਕ ਅਪਰੂਵਡ ਰਿਫਲੈਕਟਿਵ ਐਲੀਮੈਂਟ ਮਤਲਬ ਕਿ ਕੋਈ ਵੀ ਜਿਹੜਾ ਪ੍ਰਵਾਨਗੀ ਛੁਦਾ ਮਨਜ਼ੂਰ ਛੁਦਾ ਕੋਈ ਐਲੀਮੈਂਟ ਹੋਵੇ ਜਿਹੜਾ ਕਿ ਰਿਫਲੈਕਟ ਕਰਦਾ ਹੋਵੇ ਦੂਰੋਂ ਮਤਲਬ ਚਮਕਦਾ ਹੋਵੇ ਇਸ ਵਿਜੀਬਲ ਹੋਵੇ ਔਰ ਦਿਖਦਾ ਹੋਵੇ ਫਰੋਮ ਅ ਮਿਨਿਮਮ ਡਿਸਟੈਂਸ ਘੱਟ ਤੋਂ ਘੱਟ ਦੂਰੀ ਕਿੰਨੀ ਤੋਂ 150 ਮੀਟਰ ਦੀ ਦੂਰੀ ਤੋਂ ਦਿਖਦਾ ਹੋਵੇ ਸਾਨੂੰ ਇਦਾਂ ਦਾ ਕੋਈ ਐਲੀਮੈਂਟ ਪਾਉਣਾ ਚਾਹੀਦਾ ਹੈ ਅਗਰ ਅਸੀਂ ਵੌਕ ਕਰਦੇ ਅਲੋਂਗ ਦਾ ਰੋਡ ਇਹ ਰੋਡ ਗੱਲ ਕਰ ਰਿਹਾ ਹੈ ਜਦੋਂ ਅਸੀਂ ਇੰਟਰ ਅਰਮ ਰੋਡ ਦੇ ਉੱਪਰ ਵੌਕ ਕਰਨਾ ਵਾ ਨਾਰਮਲ ਇਨੀ ਕਿ ਜਿਹੜੇ ਸ਼ਹਿਰ ਦੇ ਵਿੱਚ ਰੋਡ ਹੁੰਦੇ ਉਹਨਾਂ ਦੇ ਉੱਪਰ ਆਪਾਂ ਵੌਕ ਕਰਦੇ ਹੋਏ ਵੀ ਪਾਉਣਾ ਇਹਨੂੰ ਸਿਰਫ ਇੰਟਰ ਅਰਬ ਰੋਡ ਦੀ ਗੱਲ ਕਰ ਰਿਹਾ ਠੀਕ ਹੈ ਜੀ ਤਾਂ ਇਸ ਕਰਕੇ ਇੱਥੇ ਸਾਡਾ ਆਨਸਰ ਹੋ ਗਿਆ অপਸ਼ਨ ਸੀ ਜੀ ਨੈਕਸਟ ਕੁਐਸਚਨ ਹੈ ਜੀ ਸਾਡੇ ਕੋਲ 18 ਨੰਬਰ ਵਾਟ ਡਸ ਥਿਸ ਸਾਈਨ ਇੰਡੀਕੇਟ ਕਿ ਜਿਹੜਾ ਆਪਾਂ ਸਾਈਨ ਦੇਖ ਰਹੇ ਹਾਂ ਫੋਟੋ ਵਿੱਚ ਇਹ ਕੀ ਦਰਸਾ ਰਿਹਾ ਹੈ অপਸ਼ਨ ਏ ਹੈ ਜੀ ਪ੍ਰੋਹਿਬਿਟਿਡ ਟੂ ਪਾਸ ਥਰੂ ਵਿਦਆਊਟ ਸਟਾਪਿੰਗ ਬੀ ਹੈ ਜੀ ਲਿਮਟਿਡ ਟ੍ਰੈਫਿਕ ਤੇ ਸੀ ਹੈ ਟੋਲ ਰੋਡ ਤੇ ਦਾ ਆਨਸਰ ਹੈ ਜੀ ਸਾਡੇ ਕੋਲ ਆਪਸ਼ਨ ਏ ਜੀ ਕਿ ਪ੍ਰੋਬਿਟਡ ਮਨਾਈ ਹੈਗੀ ਹੈ ਟੂ ਪਾਸ ਥਰੋ ਜਾਣ ਦੀ ਵਿਦਆਊਟ ਸਟਾਪਿੰਗ ਬਿਨਾ ਰੁਕੇ ਤੋਂ ਜਾਣ ਦੀ ਇਸ ਰੋਡ ਤੋਂ ਮਨਾਈ ਹੈਗੀ ਹੈ ਜਿੱਥੇ ਵੀ ਇਹ ਸਾਈਨ ਲੱਗਾ ਹੋਏਗਾ ਠੀਕ ਹੈ ਜੀ ਨੈਕਸਟ ਕੁਐਸਚਨ ਹੈ ਜੀ ਸਾਡੇ ਕੋਲ 19 ਨੰਬਰ ਵੈਨ ਟਰੈਵਲਿੰਗ ਔਨ ਆ ਕੰਜੈਸਟਡ ਰੋਡ ਕਿ ਜਦੋਂ ਅਸੀਂ ਟਰੈਵਲ ਕਰ ਰਹੀ ਹੋਈਏ ਇੱਕ ਕੰਜੈਸਟਡ ਰੋਡ ਮਤਲਬ ਤੰਗ ਰੋਡ ਤੋਂ ਨੈਰੋ ਵੀ ਬੋਲ ਦਿੰਦੇ ਆ ਕੰਜੈਸਟਿਡ ਵੀ ਬੋਲ ਦਿੰਦੇ ਆ ਰੋਡ ਨੂੰ ਜਿਹੜਾ ਤੰਗ ਹੁੰਦਾ ਇਫ ਯੂ ਅਬਜ਼ਰਵ ਅ ਪੁਲਿਸ ਵੀਕਲ ਔਰ ਤੁਸੀਂ ਅਬਜ਼ਰਵ ਕੀਤਾ ਦੇਖਿਆ ਕਿ ਇੱਕ ਪੁਲਿਸ ਵੀਕਲ ਅਪਰੋਚਿੰਗ ਪਹੁੰਚ ਰਿਹਾ ਵਾ ਇਨ ਐਮਰਜੈਂਸੀ ਸਰਵਿਸ ਜੋ ਕਿ ਐਮਰਜੈਂਸੀ ਸਰਵਿਸ ਦੇ ਵਿੱਚ ਹੈਗਾ ਵਟ ਸ਼ੁੱਡ ਯੂ ਡੂ ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਠੀਕ ਹੈ ਜੀ ਆਪਸ਼ਨ ਏ ਹੈਗਾ ਕੰਟੀਨਿਊ ਡਰਾਈਵਿੰਗ ਬਿਕਾਜ਼ ਦੇ ਡੂ ਨਾਟ ਹੈਵ ਰਾਈਟ ਆਫ ਵੇ ਬੀ ਹੈਗਾ ਸਟਾਪ ਦਾ ਵੀਕਲ ਅੰਟਿਲ ਦੇ ਓਵਰਟੇਕ ਯੂ ਤੇ C ਹੈ ਫੈਸਿਲੀਟੇਟ देयर ਪਾਸਿੰਗ ਐਸ ਮੱਚ ਐਸ ਪੋਸੀਬਲ ਤੇ ਇਹਦਾ ਆਨਸਰ ਹੈ ਜੀ ਸਾਡੇ ਕੋਲ ਆਪਸ਼ਨ C ਜੀ ਕਿ ਸਾਨੂੰ ਫੈਸਿਲੀਟੇਟ ਕਰਨਾ ਚਾਹੀਦਾ ਹੈ देयर ਪਾਸਿੰਗ ਕਿ ਉਹ ਪਾਸ ਕਰ ਸਕਣ ਐਸ ਮੱਚ ਐਸ ਪੋਸੀਬਲ ਜਿੰਨਾ ਵੀ ਸਾਨੂੰ ਪੋਸੀਬਲ ਹੋ ਸਕਦਾ ਸੰਭਵ ਹੋ ਸਕਦਾ ਸਾਨੂੰ ਉਹਨਾਂ ਨੂੰ ਪਾਸ ਕਰਨ ਦੇ ਵਿੱਚ ਹੈਲਪ ਕਰਨੀ ਚਾਹੀਦੀ ਹੈ ਫੈਸਿਲੀਟੇਟ ਕਰਨਾ ਚਾਹੀਦਾ ਹੈ ਠੀਕ ਹੈ ਜੀ ਤਾਂ ਇਸ ਕਰਕੇ ਇੱਥੇ ਸਾਡਾ ਆਨਸਰ ਹੋ ਗਿਆ ਜੀ ਆਪਸ਼ਨ ਸੀ ਜੀ ਚੱਲਦੇ ਆ ਜੀ ਆਪਣੇ ਅਗਲੇ ਕੁਐਸਚਨ ਤੇ ਜੀ ਵੀ ਨੰਬਰ ਕੁਐਸਚਨ ਹੈ ਜੀ ਸਾਡੇ ਕੋਲ 에ਅਰ ਬੈਗ ਸਿਸਟਮ ਆਰ ਵੈਰੀ ਸੇਫ ਬਟ ਕਿ ਜਿਹੜੇ ਆਪਣੇ ਗੱਡੀਆਂ ਦੇ ਵਿੱਚ 에ਅਰ ਬੈਗ ਲੱਗੇ ਹੁੰਦੇ ਆ ਉਹ ਸਿਸਟਮ ਹੈ ਜਿਹੜੇ ਬਹੁਤ ਸੁਰੱਖਿਅਤ ਹੈਗੇ ਆ ਬਟ ਪਰੰਤੂ ਆਪਸ਼ਨ A ਦੇ ਵਿੱਚ ਕਹ ਰਿਹਾ ਦੇ ਆਰ ਵੈਰੀ ਡੇਂਜਰਸ ਇਫ ਦਾ ਡਰਾਈਵਰ ਵੇਅਰਸ ਗਲਾਸੇਸ B ਹੈਗਾ ਦੇ ਆਰ ਇਨਕੰਪੈਟੀਬਲ ਵਿਦ ਸੀਟ ਬੈਲਟਸ ਤੇ C ਹੈ ਜੀ ਯੂ ਹੈਵ ਟੂ ਟੇਕ ਸਮ ਪ੍ਰੀਕਾਸ਼ਨਸ ਟੂ ਅਵੋਇਡ ਐਡਵਰਸ ਅਫੈਕਟਸ ਤੇ ਇਹਦਾ ਆਨਸਰ ਹੈ ਜੀ ਸਾਡੇ ਕੋਲ ਆਪਸ਼ਨ C ਜੀ ਕਿ ਸਾਨੂੰ ਯੂ ਹੈਵ ਟੂ ਟੇਕ ਸਮ ਪ੍ਰੀਕਾਸ਼ਨ ਕਿ ਸਾਨੂੰ ਕੁਝ ਸਾਵਧਾਨੀਆਂ ਲੈ ਵਰਤਣੀਆਂ ਚਾਹੀਦੀਆਂ ਪ੍ਰੀਕਾਸ਼ਨ ਮਤਲਬ ਸਾਵਧਾਨੀਆਂ ਟੂ ਅਵਾਇਡ ਬਚਨ ਦੇ ਲਈ ਐਡਵਰਸ ਇਫੈਕਟ ਮਤਲਬ ਕਿ ਕੁਝ ਬੁਰੇ ਪ੍ਰਭਾਵਾਂ ਤੋਂ ਬਚਣ ਦੇ ਲਈ ਠੀਕ ਹੈ ਜੀ ਤਾਂ ਇਸ ਕਰਕੇ ਇੱਥੇ ਸਾਡਾ ਆਨਸਰ ਹੋ ਗਿਆ ਜੀ অপਸ਼ਨ ਸੀ ਜੀ ਚੱਲਦੇ ਆ ਜੀ ਆਪਣੇ ਅਗਲੇ ਕੁਐਸਚਨ ਤੇ ਜੀ 21 ਨੰਬਰ ਕੁਐਸਚਨ ਹੈ ਜੀ ਸਾਡੇ ਕੋਲ ਬਿਫੋਰ ਓਪਨਿੰਗ ਦਾ ਡੋਰਸ ਆਫ ਅ ਵੀਕਲ ਕਿ ਕਿਸੇ ਵੀ ਵੀਕਲ ਦੇ ਡੋਰ ਖੋਲਣ ਤੋਂ ਪਹਿਲਾਂ ਟੂ ਗੈਟ ਆਊਟ ਆਫ ਇਟ ਔਰ ਬਾਹਰ ਨਿਕਲ ਤੋਂ ਪਹਿਲਾਂ ਮੇਕ ਸ਼ੋਰ ਮੇਕ ਸ਼ੋਰ ਕਰੋ ਮਤਲਬ ਕਿ ਪੱਕਾ ਕਰੋ ਕਿ ਆਪਸ਼ਨ ਇਹਦੇ ਵਿੱਚ ਕਹਿ ਰਿਹਾ ਹੈ ਕਿ ਓਨਲੀ ਦੈਟ ਅਦਰ ਵਹੀਕਲਸ ਆਰ ਨਾਟ ਅਪਰੋਚਿੰਗ ਬੀ ਆ ਨਾਟ ਟੂ ਅੰਡੇਂਜਰ ਅਦਰ ਯੂਜ਼ਰਸ ਆਫ ਦਾ ਪਬਲਿਕ ਰੋਡ ਤੇ ਸੀ ਹੈ ਜੀ ਓਨਲੀ ਦੈਟ ਨੋ ਪੈਡਸਟ੍ਰੀਅਨਸ ਆਰ ਅਪਰੋਚਿੰਗ ਤੇ ਇਹਦਾ ਆਨਸਰ ਹੈ ਜੀ ਸਾਡੇ ਕੋਲ ਆਪਸ਼ਨ ਬੀ ਜੀ ਕਿ ਨਾਟ ਟੂ ਅੰਡੇਂਜਰ ਕਿ ਕਿਸੇ ਹੋਰ ਨੂੰ ਖਤਰੇ ਵਿੱਚ ਅਦਰ ਯੂਜ਼ਰ ਮਤਲਬ ਕਿਸੇ ਵੀ ਹੋਰ ਯੂਜ਼ਰਜ਼ ਹੈਗੇ ਰੋਡ ਦੇ ਉਹਨਾਂ ਨੂੰ ਅਸੀਂ ਖਤਰੇ 'ਚ ਬਿਨਾ ਪਾਏ ਤੋਂ ਮਤਲਬ ਰੋਡ ਗੱਡੀ ਤੋਂ ਆਪਣੀ ਬਾਹਰ ਨਿਕਲਣਾ ਸਾਨੂੰ ਮੇਕ ਸ਼ੋਰ ਕਰਨਾ ਚਾਹੀਦਾ ਵਾ ਗੱਡੀ 'ਚ ਨਿਕਲ ਤੋਂ ਪਹਿਲਾਂ ਜੀ ਠੀਕ ਹੈ ਜੀ ਨੈਕਸਟ ਕੁਐਸਚਨ ਹੈ ਜੀ ਸਾਡੇ ਕੋਲ 22 ਨੰਬਰ ਵਾਟ ਇਜ਼ ਦਾ ਮੈਕਸਿਮਮ ਰੇਟ ਆਫ ਅਲਕੋਹਲ ਅਲਾਉਡ ਫਾਰ ਨੋ ਵਾਈਸ ਡਰਾਈਵਰ ਕੇ ਵੱਧ ਤੋਂ ਵੱਧ ਅਲਕੋਹਲ ਦਾ ਰੇਟ ਅਲਾਉ ਹੈਗਾ ਵਾ ਕਿੰਨਾ ਜ਼ਿਆਦਾ ਨੋ ਵਾਈਸ ਡਰਾਈਵਰ ਹੁੰਦੇ ਆ ਨਵੇਂ ਡਰਾਈਵਰ ਉਨ੍ਹਾਂ ਦੇ ਲਈ ਠੀਕ ਹੈ ਜੀ অপਸ਼ਨ A ਹੈ 0.25 mg ਆਫ ਅਲਕੋਹਲ ਪਰ ਲੀਟਰ ਆਫ ਐਕਸਹਲਡ 에ਅਰ B ਹੈ ਜੀ 0.3 mg ਆਫ ਅਲਕੋਹਲ ਪਰ ਲੀਟਰ ਆਫ ਐਕਸਹਲਡ 에ਅਰ ਤੇ C ਹੈ ਜੀ 0.15 mg ਆਫ ਅਲਕੋਹਲ ਪਰ ਲੀਟਰ ਆਫ ਐਕਸਹਲਡ 에ਅਰ ਜੀ ਤੇ ਇਹਦਾ ਆਨਸਰ ਹੈ ਜੀ ਸਾਡੇ ਕੋਲ অপਸ਼ਨ C ਜੀ ਕਿ 0.15 mg ਜੀ ਅਲਕੋਹਲ ਹੈ ਜੀ D ਇੰਨਾ ਕ੍ਰੇਟ ਪਰ ਲੀਟਰ ਆਫ ਐਕਸੀਲ ਡੇਅਰ ਦਾ ਚੱਲ ਸਕਦਾ ਵਾ ਠੀਕ ਹੈ ਜੀ ਤਾਂ ਇਸ ਕਰਕੇ ਇੱਥੇ ਸਾਡਾ ਆਨਸਰ ਹੋ ਗਿਆ ਜੀ ਆਪਸ਼ਨ ਸੀ ਜੀ ਨੈਕਸਟ ਕੁਐਸਚਨ ਹੈ ਜੀ ਸਾਡੇ ਕੋਲ 23 ਨੰਬਰ 왓 ਇਜ਼ ਦਾ ਮੈਕਸਿਮਮ speed ਇਨ ਥਿਸ ਸੈਕਸ਼ਨ ਆਫ ਰੋਡ ਕੇ ਕੀ ਵੱਤਵਾ speed ਹੈਗੀ ਆ ਇਸ ਹਿੱਸੇ ਦੇ ਉੱਪਰ ਰੋਡ ਦੇ ਆਪਸ਼ਨ ਏ ਹੈ ਜੀ ਦਾ 1 ਇੰਡੀਕੇਟਿਡ ਬਾਈ ਦਾ ਸਾਈਨ 20 ਕਿਲੋਮੀਟਰ ਪਰ ਟੂ ਓਵਰਟੇਕ BG ਦਾ 1 इंडिकेटेड बाय द साइन ਤੇ CG ਦਾ ਜਨਰਿਕ ਲਿਮਟ ਆਫ 90 ਕਿਲੋਮੀਟਰ ਪਰ आवर टू ओवरटेक ਜੀ ਤੇ ਇਹਦਾ ਆਨਸਰ ਹੈ ਜੀ ਸਾਡੇ ਕੋਲ অপਸ਼ਨ BG ਕਿ ਦਾ 1 इंडिकेटेड बाय द साइन ਕਿ ਜਿਹੜੀ ਇੱਕ ਅਸੀਂ ਫੋਟੋ 'ਚ ਦੇਖ ਰਹੇ ਹਾਂ ਦਰਸਾਈ ਗਏ ਸਾਈਨ ਦੇ ਵਿੱਚ 80 ਦੀ ਸਪੀਡ ਮਤਲਬ ਕਿ ਇਸ ਰੋਡ ਦੀ ਸਪੀਡ 80 ਦੀ ਹੈਗੀ ਆ ਅਸੀਂ ਇਸ ਤੋਂ ਉੱਪਰ ਨਹੀਂ ਜਾ ਸਕਦੇ ਈਵਨ ਕਿ ਓਵਰਟੇਕ ਵੀ ਕਰਨਾ ਹੋਵੇ ਤਾਂ ਅਸੀਂ ਇਸ ਸਪੀਡ ਨੂੰ ਕਰਾਸ ਨਹੀਂ ਕਰ ਸਕਦੇ ਸਾਨੂੰ 80 ਦੀ ਸਪੀਡ ਤੇ ਹੀ ਚੱਲਣਾ ਪਏਗਾ ਹਮੇਸ਼ਾ ਠੀਕ ਹੈ ਜੀ ਤਾਂ ਇਸ ਕਰਕੇ ਇਥੇ ਸਾਡਾ ਆਨਸਰ ਹੋ ਗਿਆ ਜੀ অপਸ਼ਨ ਬੀ ਜੀ ਨੈਕਸਟ ਕੁਐਸਚਨ ਹੈ ਜੀ ਸਾਡੇ ਕੋਲ 24 ਨੰਬਰ ਹੈਜ਼ ਦਿਸ ਵੀਕਲ ਕੋਰੈਕਟਲੀ ਵਾਰਨਡ ਆਫ ਹਿਸ ਰਾਈਟ ਟਰਨ ਮੈਨੂਵਰ ਕਿ ਜਿਹੜਾ ਆਪਾਂ ਫੋਟੋ ਚ ਦੇਖ ਰਹੇ ਆ ਵੀਕਲ ਗੱਡੀ ਕੀ ਉਹਨੇ ਸਹੀ ਤਰੀਕੇ ਨਾਲ ਵਾਰਨ ਕੀਤਾ ਵਚਤਾਵਨੀ ਦਿੱਤੀ ਹੈ ਆਪਣੇ ਸੱਜੇ ਹੱਥ ਮੋੜਨ ਦੀ ਠੀਕ ਹੈ ਜੀ ਤਾਂ অপਸ਼ਨ ਏ ਹੈ ਜੀ ਯੈਸ ਬੀ ਐਂਡ ਨੋ ਦੇ ਯੂ ਮਸਟ ਆਲਸੋ ਵਾਰਨ ਯੂਜ਼ਿੰਗ देयर ਹੈਂਡ ਤੇ ਸੀ ਹੈ ਨੋ ਦੇ ਸ਼ੁੱਡ ਆਲਸੋ ਟਰਨ ਔਨ ਦਾ emergancy lights ਤੇ ਇਹਦਾ ਆਨਸਰ ਹੈ ਜੀ ਸਾਡੇ ਕੋਲ অপਸ਼ਨ ਏ ਜੀ ਕਿ ਹਾਂ ਉਹਨੇ ਆਪਣੇ ਆਪ ਨੂੰ ਸਹੀ ਤਰੀਕੇ ਨਾਲ ਕਰੈਕਟਲੀ ਵਾਰਨ ਕੀਤਾ ਵਾ ਕਿ ਉਹਨੇ ਇੰਡੀਕੇਟਰ ਜਿਹੜਾ ਦੇ ਰੱਖਿਆ ਤੇ ਉਹ ਸਹੀ ਦਿੱਤਾ ਹੋਇਆ ਤਾਂ ਇਸ ਕਰਕੇ ਸਾਡਾ ਆਨਸਰ ਹੋ ਗਿਆ ਜੀ অপਸ਼ਨ ਏ ਜੀ ਚੱਲਦੇ ਆ ਜੀ ਆਪਣੇ ਅਗਲੇ ਕੁਐਸਚਨ ਤੇ ਜੀ ਹਾਂ ਜੀ 25 ਨੰਬਰ ਕੁਐਸਚਨ ਹੈ ਸਾਡੇ ਕੋਲ ਇਨ ਐਨ ਇੰਟਰਸੈਕਸ਼ਨ ਕਿ ਕੋਚ ਰਸਤੇ ਦੇ ਉੱਪਰ देयर इज अ ਵਰਟੀਕਲ ਸਟਾਪ ਸਾਈਨ ਇੱਕ ਉਥੇ ਵਰਟੀਕਲ ਸਟਾਪ ਸਾਈਨ ਹੈ ਮਤਲਬ ਜਿਹੜਾ ਕਿ ਪੋਲ ਦੇ ਉੱਪਰ ਸਾਈਨ ਲੱਗਾ ਹੁੰਦਾ ਵਾ ਉਹਨੂੰ ਬੋਲਦੇ ਆ ਵਰਟੀਕਲ ਸਟਾਪ ਸਾਈਨ ਐਂਡ ਆ ਰੋਡ ਮਾਰਕਿੰਗ ਔਰ ਇੱਕ ਰੋਡ ਮਾਰਕਿੰਗ ਹੈਗੀ ਹੈ ਦੈਟ ਸੇਜ਼ ਯੀਲਡ ਤੇ ਜਿਹੜਾ ਫੋਟੋ ਚ ਸਾਈਨ ਦੇਖ ਰਹੇ ਹੋ ਉਹ ਯੀਲਡ ਦਾ ਸਾਈਨ ਆ ਗਿਵ ਏ ਵੇ ਦਾ ਸਾਈਨ ਆ ਉਹ ਲੱਗਾ ਹੋਇਆ ਹੈ ਵਿਚ ਸ਼ੁਡ ਯੂ ਅਬੇ ਤਾਂ ਤੁਹਾਨੂੰ ਕਿਨੂੰ ਫਾਲੋ ਕਰਨਾ ਚਾਹੀਦਾ ਹੈ ਠੀਕ ਹੈ ਜੀ ਆਪਸ਼ਨ ਹੈ ਨੀਦਰ ਇਨ ਥਿਸ ਕੇਸ ਦਾ ਜਨਰਲ ਰਾਈਟ ਆਫ ਵੇ ਰੂਲ 윌 ਬੀ ਅਪਲਾਈਡ ਬੀ ਹੈ ਜੀ ਦਾ ਵਰਟੀਕਲ ਸਟਾਪ ਸਾਈਨ ਤੁਸੀਂ ਇਹਦਾ ਯਾਇਲਡ ਰੋਡ ਮਾਰਕਿੰਗ ਤੇ ਇਹਦਾ ਆਨਸਰ ਹੈ ਜੀ ਸਾਡੇ ਕੋਲ অপਸ਼ਨ ਬੀ ਜੀ ਕਿ ਸਾਨੂੰ ਜਿਹੜਾ ਵਰਟੀਕਲ ਸਟਾਪਸ ਹੈ ਨਾ ਜਿਹੜਾ ਪੁਲ ਦੇ ਉੱਪਰ ਲੱਗਾ ਹੋਇਆ ਔਰ ਫੋਟੋ ਚ ਨਹੀਂ ਦੇਖ ਰਿਹਾ ਲੇਕਿਨ ਸਾਨੂੰ ਉਹਨੂੰ ਫੋਲੋ ਕਰਨਾ ਚਾਹੀਦਾ ਕਿਉਂਕਿ ਉਹ ਜ਼ਿਆਦਾ ਸਟ੍ਰਿਕਟ ਸਾਈਨ ਹੈਗਾ ਵਾ ਇਹਨਾਂ ਦੋਵਾਂ ਦਾ ਅਗਰ ਅਸੀਂ ਮੁਕਾਬਲਾ ਕਰੀਏ ਤਾਂ ਦੋਵਾਂ ਨੂੰ ਇੱਕੋ ਥਾਂ ਤੇ ਰੱਖੀਏ ਤਾਂ ਠੀਕ ਹੈ ਜੀ ਤਾਂ ਇਸ ਕਰਕੇ ਸਾਡਾ ਆਨਸਰ ਹੋ ਗਿਆ ਜੀ অপਸ਼ਨ ਬੀ ਜੀ ਨੈਕਸਟ ਕੁਐਸਚਨ ਹੈ ਜੀ ਸਾਡੇ ਕੋਲ 26 ਨੰਬਰ ਮੇ ਸੀਟ ਪੋਜੀਸ਼ਨ ਅਫੈਕਟ ਸੇਫਟੀ ਬੈਲ एफिशिएंसी कि की ਜਿਹੜੀ ਸੀਟ ਦੀ ਪੋਜੀਸ਼ਨ ਆ ਮਤਲਬ ਕਿ ਅਸੀਂ ਕਿੱਥੇ ਸੀਟ ਸੈੱਟ ਕੀਤੀ ਆ ਕੀ ਉਹ ਪ੍ਰਭਾਵਿਤ ਕਰਦੀ ਆ ਕਿ ਜਦੋਂ ਸੀਟ ਬੈਲਟ ਦੀ एफिशिएंसी ਨੂੰ ਮਤਲਬ ਕਿ ਸੀਟ ਬੈਲਟ ਨੇ ਜਿਹੜਾ ਕੰਮ ਕਰਨਾ ਵਾ ਉਸ ਦੀ ਉਸ ਨੂੰ ਆਪਸ਼ਨ A ਜੀ نو B ਐਂਡ نو ਐਜ਼ ਲੋਂਗ ਐਜ਼ ਦ ਬੈਲਟ ਇਜ਼ ਫੁਲੀ ਟਾਈਟਨਡ ਤੇ C ਜੀ ਯੈਸ ਇਟ ਇਜ਼ ਰਿਕਮੈਂਡਡ ਨਾਟ ਟੂ ਟਿਪ ਦ ਸੀਟ ਟੂ ਫਾਰ ਬੈਕ ਤਾਂ ਇੱਥੇ ਸਾਡਾ ਆਨਸਰ ਹੈ ਜੀ ਆਪਸ਼ਨ C ਜੀ ਕਿ ਹਾਂ ਸੀਟ ਦੀ ਪੋਜੀਸ਼ਨ ਅਫੈਕਟ ਕਰਦੀ ਹੈ ਸੀਟ ਬੈਲਟ ਦੀ ਐਫੀਸ਼ੀਐਂਸੀ ਨੂੰ ਕਿਉਂਕਿ ਇਟ ਇਜ਼ ਰეკਮੈਂਡਡ ਇਸ ਕਰਕੇ ਰეკਮੈਂਡ ਕੀਤਾ ਜਾਂਦਾ ਵਾ ਨਾਟ ਟੂ ਟਿਪ ਦਾ ਸੀਟ ਟੂ ਫਾਰ ਬੈਕ ਕਿ ਜਿਹੜੀ ਸੀਟ ਹੈ ਉਹਨੂੰ ਨਾ ਸੈੱਟ ਕੀਤਾ ਜਾਵੇ ਬਹੁਤ ਜ਼ਿਆਦਾ ਫਾਰ ਬੈਕ ਮਤਲਬ ਬਹੁਤ ਜ਼ਿਆਦਾ ਪਿੱਛੇ ਨੂੰ ਨਾ ਸੈੱਟ ਕੀਤਾ ਜਾਵੇ ਇਸ ਕਰਕੇ ਠੀਕ ਹੈ ਤਾਂ ਇਸ ਕਰਕੇ ਤੇ ਸਾਡਾ ਆਨਸਰ ਹੋ ਗਿਆ ਜੀ অপਸ਼ਨ ਸੀ ਜੀ ਨੈਕਸਟ ਕੁਐਸਚਨ ਹੈ ਜੀ ਸਾਡੇ ਕੋਲ 27 ਨੰਬਰ ਵਟ ਮਸਟ ਬੀ ਡਨ ਔਨ ਸੀਇੰਗ ðiਸ ਸਾਈਨ ਕਿ ਸਾਨੂੰ ਕੀ ਕਰਨਾ ਚਾਹੀਦਾ ਇਹਨਾਂ ਨੂੰ ਇਹਨਾਂ ਸ ਇਹਨਾਂ ਨੂੰ ਦੇਖਦੇ ਹੋਏ ਠੀਕ ਹੈ ਜੀ অপਸ਼ਨ A ਹੈ ਉਵੇ ਦਾ ਮੋਸਟ ਰਿਸਟ੍ਰਿਕਟਿਵ B ਹੈ ਜੀ ਫਾਲੋ ਦਾ ਐਰੋ no entry on the left ਤੇ C ਹੈ ਜੀ ਫਾਲੋ ਦਾ ਐਰੋ ਡਰਾਈਵਿੰਗ on the left is if there is no opposing traffic ਤੇ ਦਾ ਅਨਸਰ ਹੈ ਜੀ ਸਾਡੇ ਕੋਲ অপਸ਼ਨ B ਜੀ ਕਿ ਸਾਨੂੰ ਐਰੋ ਨੂੰ ਫਾਲੋ ਕਰਨਾ ਚਾਹੀਦਾ ਵਾ ਜਿਹੜਾ ਤੀਰ ਲੱਗਿਆ ਹੋਇਆ ਨੀਲੇ ਰੰਗ ਦਾ ਸੱਜੇ ਹੱਥ ਤੇ نو ਐਂਟਰੀ ਓਨ ਦਾ ਲੈਫਟ ਔਰ ਖੱਬੇ ਸਾਨੂੰ ਐਂਟਰੀ ਨਹੀਂ ਹੈਗੀ ਠੀਕ ਹੈ ਜੀ ਤਾਂ ਇਸ ਕਰਕੇ ਤੇ ਸਾਡਾ ਆਨਸਰ ਹੋ ਗਿਆ ਜੀ অপਸ਼ਨ ਬੀ ਜੀ ਨੈਕਸਟ ਕੁਐਸਚਨ ਹੈ ਜੀ ਸਾਡੇ ਕੋਲ 28 ਨੰਬਰ this vehicle is immobilized ਕਿ ਜਿਹੜਾ ਗੱਡੀ ਦੇਖ ਰਹੇ ਆ ਫੋਟੋ ਦੇ ਵਿੱਚ ਉਹ ਇਮੋਬਾਈਲਾਈਜ਼ ਮਤਲਬ ਰੁਕ ਗਈ ਹੈ ਕਿਸੇ ਵੀ ਕਾਰਨ ਕਰਕੇ ਖਰਾਬੀ ਲੱਗ ਰਹੀ ਹੈ ਮਤਲਬ ਤੇ ਬਿਕੋਜ਼ ਆਫ ਦਾ ਡੈਮੇਜ ਜਿਵੇਂ ਉਹਨੇ ਲਿਖਿਆ ਕਿ ਹਾਂ ਡੈਮੇਜ ਦੇ ਕਰਕੇ ਮਤਲਬ ਖਰਾਬ ਹੋ ਗਈ ਹੈ ਸ਼ੁੱਡ ਇਟ ਗਿਵ ਅ ਵਾਰਨਿੰਗ ਤਾਂ ਕਿ ਇਹਨੂੰ ਕਿਸੇ ਤਰੀਕੇ ਦੀ ਵਾਰਨਿੰਗ ਦੇਣੀ ਚਾਹੀਦੀ ਹੈ ਆਪਸ਼ਨ ਹੈ ਜੀ ਯੈਸ ਬਾਈ ਪਲੇਸਿੰਗ ਹੈਜ਼ਰਡ ਟ੍ਰਾਇੰਗਲ ਸਾਈਨਸ ਬੀ ਆ ਨੋ ਬਿਕੋਜ਼ ਦਾ ਵਹੀਕਲ ਇਜ਼ ਨਾਟ ਅ ਟਰੱਕ ਤੇ ਸੀ ਆ ਔਨ ਅ ਮੋਟਰਵੇ ਔਰ ਡਿਊਲ ਕੈਰੇਜ ਵੇ ਯੈਸ ਔਨ ਦਾ ਹਾਈਵੇ ਨੋ ਤੇ ਦਾ ਆਨਸਰ ਹੈ ਜੀ ਸਾਡੇ ਕੋਲ ਆਪਸ਼ਨ ਏ ਜੀ ਕਿ ਹਾਂ ਉਹਨੂੰ ਵਾਰਨ ਕਰਨਾ ਚਾਹੀਦਾ ਹੈ ਬਾਈ ਪਲੇਸਿੰਗ ਹੈਜ਼ਰਡ ਟ੍ਰਾਇੰਗਲ ਸਾਈਨ ਕਿ ਉਹਨੂੰ ਜਿਹੜੇ ਟ੍ਰਾਇੰਗਲ ਸਾਈਨਸ ਹੁੰਦੇ ਆ ਹੈਜ਼ਰਡ ਵਾਲੇ ਉਹ ਪਲੇਸ ਕਰਨੇ ਚਾਹੀਦੇ ਆ ਆਪਣੀ ਗੱਡੀ ਦੇ ਅੱਗੇ ਔਰ ਪਿੱਛੇ ਠੀਕ ਹੈ ਜੀ ਤਾਂ ਇਸ ਕਰਕੇ ਇਥੇ ਸਾਡਾ ਆਨਸਰ ਹੋ ਗਿਆ ਜੀ ਆਪਸ਼ਨ ਏ ਜੀ ਨੈਕਸਟ ਕੁਐਸਚਨ ਹੈ ਜੀ ਸਾਡੇ ਕੋਲ 29 ਨੰਬਰ ਹੈ ਵੈਨ ਯੂ ਸਫਰ ਫਰੋਮ ਡਿਪਰੈਸ਼ਨ ਕਿ ਅਗਰ ਤੁਸੀਂ ਡਿਪਰੈਸ਼ਨ ਤੋਂ ਤਣਾ ਤੋਂ ਪੀੜਿਤ ਹੈਗੇ ਹੋ ਬਿਫੋਰ ਗੈਟਿੰਗ ਬਿਹਾਈਂਡ ਦਾ ਸਟੀering ਵੀਹਲ ਕਿ ਗੱਡੀ ਨੂੰ ਚਲਾਉਣ ਤੋਂ ਪਹਿਲਾਂ ਗੇਟਿੰਗ ਬਿਹਾਈਂਡ ਦਾ ਸਟੀering ਵੀਲ ਦਾ ਮਤਲਬ ਹੁੰਦਾ ਗੱਡੀ ਚਲਾਉਣ ਤੋਂ ਪਹਿਲ ਮਤਲਬ ਗੱਡੀ ਨੂੰ ਚਲਾਉਣਾ ਤਾਂ ਕਹਿੰਦਾ ਗੱਡੀ ਚਲਾਉਣ ਤੋਂ ਪਹਿਲਾਂ ਬਿਫੋਰ ਗੇਟਿੰਗ ਬਿਹਾਈਂਡ ਦਾ ਸਟੀering ਵੀਲ ਯੂ ਕੀ ਕਰਨਾ ਚਾਹੀਦਾ ਹੈ অপਸ਼ਨ ਏ ਹੈ ਸ਼ੁੱਡ ਕੰਸਲਟ ਅ ਸਪੈਸ਼ਲਿਸਟ ਬੀ ਹੈ ਡੂ ਨਾਟ ਨੀਡ ਟੂ ਟੇਕ ਐਨੀ ਸਪੈਸ਼ਲ ਪ੍ਰੀਕਾਊਸ਼ਨਸ ਸੀ ਹੈ ਜੀ ਸ਼ੁੱਡ ਟੇਕ ਟ੍ਰੈਂਕੋਲਾਈਜ਼ਰ ਫਾਰ ਸੈਵਰਲ ਡੇਸ ਜੀ ਤੇ ਦਾ ਅਨਸਰ ਹੈ ਸਾਡੇ ਕੋਲ অপਸ਼ਨ ਏ ਜੀ ਕਿ ਸਾਨੂੰ ਕੰਸਲਟ ਕਰਨਾ ਚਾਹੀਦਾ ਹੈ ਸਲਾਹ ਕਰਨੀ ਚਾਹੀਦੀ ਹੈ ਇੱਕ ਸਪੈਸ਼ਲਿਸਟ ਦੇ ਨਾਲ ਕਿ ਜਦੋਂ ਅਸੀਂ ਡਿਪਰੈਸ਼ਨ ਤੋਂ ਪੀੜਤ ਹੋਈਏ ਠੀਕ ਹੈ ਜੀ ਤਾਂ ਇਸ ਕਰਕੇ ਇੱਥੇ ਸਾਡਾ ਆਨਸਰ ਹੋ ਗਿਆ ਜੀ ਆਪਸ਼ਨ ਏ ਜੀ ਲਾਸਟ ਕੁਐਸਚਨ ਹੈ ਜੀ ਸਾਡੇ ਕੋਲ 30 ਨੰਬਰ ਇਸ ਟੈਸਟ ਦਾ ਮਸਟ ਟ੍ਰੇਲਰਸ ਐਂਡ ਸੈਮੀ ਟ੍ਰੇਲਰਸ ਹੈਵ ਅ ਟੈਕਨੀਕਲ ਇਨਸਪੈਕਸ਼ਨ ਕਾਰਡ ਕਿ ਜਿਹੜੇ ਆਪਾਂ ਗੱਡੀ ਦੇ ਪਿੱਛੇ ਲੈ ਕੇ ਜਾਂਦੇ ਹਾਂ ਟ੍ਰੇਲਰ ਜਾਂ ਫਿਰ ਸੈਮੀ ਟ੍ਰੇਲਰ ਹੁੰਦੇ ਜਿਹੜੇ ਛੋਟੇ ਟ੍ਰੇਲਰ ਆ ਕਿ ਉਹਨਾਂ ਦੇ ਲਈ ਤਕਨੀਕੀ ਜਿਹੜਾ ਇਨਸਪੈਕਸ਼ਨ ਕਾਰਡ ਹੁੰਦਾ ਵਾ ਉਹ ਜ਼ਰੂਰੀ ਹੈਗਾ অপশন এ ਜੀ نو ਦਾ ਕਾਰਡ ਆਫ ਦਾ ਵਹੀਕਲ ਟੂਇੰਗ देम ਇਜ਼ ਸਫੀਸ਼ੀਐਂਟ ਬੀ ਐ ਯੈਸ ਬਟ ਓਨਲੀ ਹੈਵੀ ਵਾਂਸ ਸੀ ਐ ਯੈਸ ਆਲ ਆਫ देम ਤੇ ਇਹਦਾ ਆਨਸਰ ਹੈ ਜੀ ਸਾਡੇ ਕੋਲ অপশন ਸੀ ਜੀ ਕਿ ਹਾਂ ਸਾਰੇ ਹੀ ਟ੍ਰੇਲਰ ਚਾਹੀਏ ਉਸ ਟ੍ਰੇਲਰ ਨਾਰਮਲ ਟ੍ਰੇਲਰ ਵੱਡਾ ਟ੍ਰੇਲਰ ਹੈ ਜਾਂ ਸੈਮੀ ਟ੍ਰੇਲਰ ਛੋਟਾ ਟ੍ਰੇਲਰ ਹੈ ਸਾਰਿਆਂ ਦੇ ਲਈ ਹੀ ਟੈਕਨੀਕਲ ਇਨਸਪੈਕਸ਼ਨ ਕਾਰਡ ਦੀ ਲੋੜ ਹੈਗੀ ਹੈ ਜੀ ਠੀਕ ਹੈ ਜੀ ਤਾਂ ਇਸ ਦੇ ਨਾਲ ਹੀ ਆਪਣਾ ਅੱਜ ਦਾ ਟੈਸਟ ਇੱਥੇ ਖਤਮ ਹੁੰਦਾ ਹੈ ਵੀਡੀਓ ਨੂੰ ਦੇਖਣ ਲਈ ਬਹੁਤ ਬਹੁਤ ਧੰਨਵਾਦ ਔਰ ਅਗਰ ਵੀਡੀਓ ਵਧੀਆ ਲੱਗੀ ਤਾਂ ਜਰੂਰ ਲਾਈਕ ਕਰ ਦਿਓ ਔਰ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਜੀ ਤੇ ਮਿਲਦੇ ਆਂ ਜੀ ਇੱਕ ਹੋਰ ਵੀਡੀਓ ਦੇ ਵਿੱਚ ਇੱਕ ਹੋਰ ਨਵੇਂ ਚੈਸ ਦੇ ਨਾਲ ਤਦ ਤੱਕ ਸਤਿ ਸ੍ਰੀ ਅਕਾਲ ਜੀ